ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਪਠਾਨਕੋਟ ਦੇ ਵਿੱਚ ਧੀਰਾਪੁਰ ਨੇੜੇ ਫੌਜ ਦੇ ਤਰਵੈਣੀ ਦਵਾਰ ਗੇਟ ਤੇ ਗ੍ਰੇਨੇਡ ਅਟੈਕ ਤਾਂ ਦੋਸਤੋ ਪਠਾਨਕੋਟ ਦੇ ਵਿੱਚ ਧੀਰਾਪੁਲ ਦੇ ਨੇੜੇ ਫੌਜ ਦੇ ਤਰਵੈਣੀ ਦੁਆਰ ਗੇਟ ਤੇ ਗ੍ਰੇਨੇਡ ਦਾ ਅਟੈਕ ਹੋਇਆ। ਤੁਹਾਨੂੰ ਦੱਸਿਏ ਕਿ ਵਾਇਕ ਸਵਾਰਾਂ ਨੇ ਫੌਜ ਦੇ ਗੇਟ ਤੇ ਗ੍ਰੇਨੇਡ ਸੁੱਟਿਆ। ਮੌਕੇ ਤੇ ਪੁਲਿਸ ਫੋਰਸ ਨੇ ਪੁਲਿਸ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੇ ਲੱਗੀ ਹੋਈ ਹੈ ਤੇ ਸਾਰੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਚੱਲ ਰਹੀ ਹੈ। ਤੁਹਾਨੂੰ ਦੱਸਿਏ ਕਿ ਪੁਲਿਸ ਨੇ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਤੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਅਗਲੀ ਖਬਰ ਹੈ ਸੰਯੁਕਤ ਕਿਸਾਨ ਮੋਰਚੇ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਰੱਖੀਆਂ ਇਹ 6 ਮੰਗਾਂ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਪੁਰਬ ਦੇ ਮੌਕੇ ਪਿਛਲੇ 1 ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਇਸ ਫੈਸਲੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੀਐਮ ਮੋਦੀ ਨੂੰ ਇੱਕ ਖੁੱਲਾ ਪੱਤਰ ਵੀ ਲਿਖਿਆ ਹੈ ਚਿੱਠੀ ਦੇ ਵਿੱਚ ਕਿਹਾ ਗਿਆ ਕਿ 19 ਨਵੰਬਰ 2021 ਨੂੰ ਦੇਸ਼ ਦੇ ਕਰੋੜਾਂ ਕਿਸਾਨਾਂ ਨੇ ਰਾਸ਼ਟਰ ਦੇ ਨਾਂ ਤੁਹਾਡਾ ਸੰਦੇਸ਼ ਸੁਣਿਆ। ਅਸੀਂ ਨੋਟ ਕੀਤਾ ਕਿ 11 ਦੌਰ ਦੀ ਗੱਲਬਾਤ ਤੋਂ ਬਾਅਦ ਤੁਸੀਂ ਦਵੱਲੇ ਹੱਲ ਦੀ ਬਜਾਏ ਇੱਕ ਪਾਸੜ ਐਲਾਨ ਦਾ ਰਸਤਾ ਚੁਣਿਆ ਪਰ ਸਾਨੂੰ ਖੁਸ਼ੀ ਹੈ ਕਿ ਤੁਸੀਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਅਸੀਂ ਇਸ ਦਾ ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਸਰਕਾਰ ਇਸ ਦਾਅਵੇ ਨੂੰ ਜਲਦੀ ਤੋਂ ਜਲਦੀ ਪੂਰਾ ਕਰੇਗੀ। ਕਿਸਾਨਾਂ ਨੇ ਇਸ ਦੇ ਨਾਲ ਆਪਣੀਆਂ 6 ਮੰਗਾਂ ਵੀ ਰੱਖੀਆਂ ਨੇ ਜਿਸ ਦੇ ਵਿੱਚ ਪਹਿਲੀ ਮੰਗ ਹੈ ਕਿ ਪ੍ਰਧਾਨ ਮੰਤਰੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਇਸ ਅੰਦੋਲਨ ਦੀ ਮੰਗ ਨਹੀਂ ਹੈ ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਨਾਲ ਗੱਲਬਾਦੀ ਸ਼ੁਰੂਆਤ ਤੋਂ ਹੀ ਤਿੰਨ ਹੋਰ ਮੰਗਾਂ ਉਠਾਈਆਂ ਸੀ ਖੇਤੀ ਦੀ ਸਮੁੱਚੀ ਲਾਗਤ ਤੇ ਆਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਸਾਰੇ ਖੇਤੀ ਉਪਜਾਂ ਤੋਂ ਉੱਪਰ ਸਾਰੇ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਣਾ ਚਾਹੀਦਾ ਤਾਂ ਜੋ ਦੇਸ਼ ਦੇ ਹਰੇਕ ਕਿਸਾਨ ਨੂੰ ਘੱਟੋ-ਘੱਟ ਸਰਕਾਰ ਵੱਲੋਂ ਐਲਾਨੀ ਗਈ ਘੱਟੋ-ਘੱਟ ਸਮਰਥਨ ਕੀਮਤ ਮਿਲ ਸਕੇ ਪਰ ਖਰੀਦ ਦੀ ਗਰੰਟੀ ਦਿੱਤੀ ਜਾ ਸਕਦੀ ਹੈ ਤੀਜਾ ਐਲਾਨ ਕੀਤਾ ਕਿ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਐਕਟ ਸੋਧ ਬਿੱਲ 2020 ਅਤੇ 21 ਦੇ ਖਾੜੇ ਨੂੰ ਵਾਪਸ ਲਓ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਵਾਪਸ ਲੈ ਲਿਆ ਜਾਵੇਗਾ ਪਰ ਫਿਰ ਇਸ ਨੂੰ ਟਾਲਮਟੋਲ ਕਰਦੇ ਹੋਏ ਸੰਸਦ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ ਚੌਥੀ ਮੰਗ ਰੱਖੀ ਆ ਕਿ ਕਮਿਸ਼ਨ ਫੋਰ 에ਅਰ ਕੁਆਲਿਟੀ ਮੈਨੇਜਮੈਂਟ ਇਨ ਦਾ ਨੈਸ਼ਨਲ ਕੈਪੀਟਲ ਰੀਜਨ ਐਂਡ ਇਸ ਨਾਲ ਸੰਬੰਧਿਤ ਖੇਤਰ ਐਕਟ 2021 ਵਿੱਚ ਕਿਸਾਨਾਂ ਨੂੰ ਸਜ਼ਾ ਦੇ ਉਪਬੰਧਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਪੰਜਵੀਂ ਮੰਗ ਰੱਖੀ ਆ ਕਿ ਦਿੱਲੀ ਹਰਿਆਣਾ ਚੰਡੀਗੜ੍ਹ, ਜੁਪੀ ਅਤੇ ਕਈ ਸੂਬਿਆਂ ਵਿੱਚ ਇਸ ਅੰਦੋਲਨ ਦੌਰਾਨ ਹਜ਼ਾਰਾਂ ਕਿਸਾਨਾਂ ਨੂੰ ਸੈਂਕੜੇ ਕੇਸਾਂ ਵਿੱਚ ਫਸਾਇਆ ਜਾ ਚੁੱਕਿਆ ਤੇ ਇਹ ਕੇਸ ਤੁਰੰਤ ਵਾਪਸ ਲਏ ਜਾਣ। ਛੇਵੀਂ ਮੰਗ ਰੱਖਿਆ ਕਿ ਲਖੀਮਪੁਰ ਖੀਰੀ ਕਤਲकांड ਦਾ ਮਾਸਟਰਮਾਈਂਡ ਅਤੇ ਧਾਰਾ 120ਬੀ ਦਾ ਦੋਸ਼ੀ ਅਜੇ ਮਿਸਰਾ ਟੈਣੀ ਅਜੇ ਵੀ ਖੁੱਲੇ ਆਮ ਘੁੰਮ ਰਿਹਾ ਤੇ ਤੁਹਾਡੀ ਕੈਬਨਿਟ ਵਿੱਚ ਮੰਤਰੀ ਬਣਿਆ ਹੋਇਆ ਉਹ ਤੁਹਾਡੇ ਤੇ ਹੋਰ ਸੀਨੀਅਰ ਮਤ్రਾਲਿਆਂ ਦਾ ਵੀ ਸਟੇਜ ਸਾਂਝੀ ਕਰ ਰਿਹਾ ਹੈ। ਤੇ ਉਸ ਨੂੰ ਵਰਕਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਅਗਲੀ ਮੰਗ ਰੱਖੀ ਗਈ ਹੈ ਕਿ ਇਸ ਅੰਦੋਲਨ ਦੌਰਾਨ ਹੁਣ ਤੱਕ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਉਹਨਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਤੇ ਮੁਰਬਸੇਵੇ ਦੀ ਵਿਵਸਥਾ ਹੋਣੀ ਚਾਹੀਦੀ ਹੈ। ਅਗਲੀ ਖਬਰ ਹੈ ਖੇਤੀ ਕਾਨੂੰਨਾਂ ਬਾਰੇ ਵੱਡੀ ਖਬਰ 24 ਨਵੰਬਰ ਨੂੰ ਲੱਗ ਸਕਦੀ ਹੈ ਕਾਨੂੰਨ ਵਾਪਸੀ ਤੇ ਮੋਹਰ ਤਾਂ ਦੋਸਤੋ ਕਿਸਾਨਾਂ ਦਾ ਰੁਖ ਵੇਖ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਸਰਗਰਮ ਹੋ ਗਈ ਹੈ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਤੇ ਹੁਣ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਮੋਦੀ ਕੈਬਨਿਟ ਇਸ ਬੁੱਧਵਾਰ ਯਾਨੀ ਕਿ 24 ਨਵੰਬਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇਵੇਗੀ ਇਸ ਤੋਂ ਬਾਅਦ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਦੀ ਸ਼ੁਰੂਆਤ ਵਿੱਚ ਕਾਨੂੰਨਾਂ ਨੂੰ ਵਾਪਸ ਲੈਣ ਦੀ ਸੰਵਿਧਾਨਿਕ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਗਲੀ ਖਬਰ ਹੈ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਬਣਿਆ ਪਟਿਆਲਾ ਕੈਪਟਨ ਮਰਿੰਦਰ ਨੇ ਦਿੱਤੀ ਵਧਾਈ ਤਾਂ ਦੋਸਤੋ ਸਵੱਛ ਸਰਵੇਖਣ 2021 ਵਿੱਚ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆ ਇਸ ਸਰਵੇਖਣ ਵਿੱਚ ਭਾਰਤ ਭਰ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫਾਈ ਅਤੇ ਸਵੱਛਤਾ ਦਾ ਸਾਲਾਨਾ ਸਰਵੇਖਣ ਕੀਤਾ ਗਿਆ ਸੀ 1 ਤੋਂ ਲੈ ਕੇ 10 ਲੱਖ ਦੀ ਵਾਦੀ ਵਾਲੇ ਸ਼ਹਿਰੀ ਲੋਕਲ ਬਾਡੀ ਦੀ ਸ੍ਰੈਣੀ ਵਿੱਚ ਐਸਐਸ ਨਗਰ ਮੁਹਾਲੀ ਨੂੰ ਦੂਜਾ ਜਦ ਕੇ ਬਠਿੰਡਾ ਤੀਜਾ ਸਥਾਨ ਹਾਸਲ ਕਰ ਸਕਿਆ ਤੇ ਪਟਿਆਲਾ ਨੇ 3713 ਅੰਕਾਂ ਨਾਲ 올 ਇੰਡੀਆ ਰੈਕ ਦੇ ਵਿੱਚ 58ਵਾਂ ਸਥਾਨ ਹਾਸਲ ਕੀਤਾ ਪਿਛਲੇ ਸਾਲ ਦੇ ਮੁਕਾਬਲੇ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦੇ ਹੋਏ ਪਟਿਆਲਾ ਨੇ ਆਪਣੀ ਰੈਂਕਿੰਗ 2020 ਵਿੱਚ 86 ਤੋਂ ਇਸ ਸਾਲ 58 ਤੇ ਲਿਆਂਦੀ ਹੈ ਹੁਣ ਅਗਲੀ ਖਬਰ ਹੈ ਨਵਜੋਤ ਸਿੱਧੂ ਦਾ ਵੱਡਾ ਦਾਵਾ ਖੇਤੀ ਕਾਨੂੰਨ ਰੱਦ ਕਰਕੇ ਵੀ ਮੋਦੀ ਸਰਕਾਰ ਦਾ ਲੁਕਮਾ ਮਿਸ਼ਨ ਤਾਂ ਦੋਸਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੇਤੀ ਕਾਨੂੰਨਾ ਅਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਤੇ ਕੇਂਦਰ ਸਰਕਾਰ ਨੂੰ ਘੇਰਿਆ ਸਿੱਧੂ ਵੱਲੋਂ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਗਿਆ ਕਿ ਜਿਵੇਂ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾ ਖਿਲਾਫ ਆਪਣੀ ਜਿੱਤ ਦੀ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਹੁਣ ਸ਼ੁਰੂ ਹੋਇਆ ਹੈ ਸਿੱਧੂ ਨੇ ਕੇਂਦਰ ਨੂੰ ਐਮਐਸਪੀ ਖਤਮ ਕਰਨ ਗਰੀਬਾਂ ਦੇ ਲਈ ਖੁਰਾਕ ਸੁਰੱਖਿਆ ਨੂੰ ਖਤਮ ਕਰਨ ਸਰਕਾਰੀ ਖਰੀਦ ਨੂੰ ਖਤਮ ਕਰਨ ਨੂੰ ਲੈ ਕੇ ਘੇਰਿਆ ਅਗਲੀ ਖਬਰ ਹੈ ਭਾਰਤੀ ਫੌਜ ਨੇ ਬਣਾਇਆ ਰਿਕਾਰਡ 15000 ਫੁੱਟ ਦੀ ਉਚਾਈ ਤੇ 76 ਫੁੱਟ ਦਾ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਦੋਸਤੋ ਭਾਰਤੀ ਫੌਜ ਨੇ ਲਦਾਖ ਦੀ ਹੀਟਲੇ ਘਾਟੀ ਵਿੱਚ ਸਰਹੱਦੀ ਵਿਵਾਦ ਦਰਮਿਆਨ ਇੱਕ ਰਿਕਾਰਡ ਬਣਾਇਆ ਦਰਅਸਲ ਦੇ ਵਿੱਚ ਫੌਜ ਨੇ 15000 ਫੁੱਟ ਦੀ ਉਚਾਈ ਤੇ 76 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਦੇ ਦੁਸ਼ਮਨਾਂ ਨੂੰ ਸਖਤ ਸੰਦੇਸ਼ ਦਿੱਤਾ ਹੈ ਅਗਲੀ ਖਬਰ ਹੈ ਵਿਵਾਦਤ ਟਿੱਪਣੀ ਦੇ ਮੰਗਰੋਂ ਕੰਗੜਾ ਰਣੌਤ ਦੇ ਖਿਲਾਫ ਮਾਮਲਾ ਦਰਜ ਪਦਮਸ਼੍ਰੀ ਵਾਪਸ ਲੈਣ ਦੀ ਵੀ ਕੀਤੀ ਮੰਗ ਤਾਂ ਦੋਸਤੋ ਕੰਗੜਾ ਰਣੌਤ ਦੀਆਂ ਮੁਸ਼ਕਲਾਂ ਫੇਰ ਵੱਧ ਗਈਆਂ ਨੇ ਵਿਵਾਦਤ ਬਿਆਨ ਦੇਣ ਤੋਂ ਬਾਅਦ ਸਿੱਖ ਸੰਗਠਨ ਨੇ ਕੰਗੜਾ ਰਣੌਤ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ਸਿੱਖ ਜਥੇਬੰਦੀਆਂ ਨੇ ਦਿੱਲੀ ਵਿੱਚ ਕੇਸ ਦਰਜ ਕਰਵਾਇਆ ਤੇ ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤਾ ਗਿਆ ਕੰਗੜਾ ਨੇ ਇਹ ਟਿੱਪਣੀ ਇੰਸਟਾਗ੍ਰam ਤੇ ਫੇਸਬੁੱਕ ਤੇ ਕੀਤੀ ਸੀ ਕੰਗੜਾ ਖਿਲਾਫ ਦਿੱਲੀ ਦੇ ਮੰਦਰ ਰਾਣੀ ਦੇ ਸਾਈਬਰ ਸੈੱਲ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਅਗਲੀ ਖਬਰ ਹੈ ਇਸ ਦੇਸ਼ ਨੇ ਟਿਕਟੌਕ ਤੋਂ ਬੈਨ ਹਟਾਇਆ ਚੀਨ ਤੋਂ ਮਿਲਿਆ ਇਹ ਭਰੋਸਾ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਫੇਰ ਤੋਂ ਪਾਕਿਸਤਾਨ ਵਿੱਚ ਟਿਕਟੌਕ ਤੋਂ ਬੈਨ ਹਟਾ ਦਿੱਤਾ ਹੈ ਇਸ ਵਾਰ 4 ਮਹੀਨਿਆਂ ਬਾਅਦ ਪਾਬੰਦੀ ਹਟਾ ਦਿੱਤੀ ਗਈ ਹੈ ਚੀਨ ਦੀ ਪ੍ਰਸਿੱਧ ਵੀਡੀਓ ਸ਼ੇਅਰਿੰਗ ਸੇਵਾ ਰਾਹੀਂ ਅਸਲੀਲ ਸਮਗਰੀ ਦੇ ਪ੍ਰਸਾਰ ਨੂੰ ਨਿਯੰਤਰਿਤ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਇਸ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਅਗਲੀ ਖਬਰ ਹੈ 22 ਨਵੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਤਾਂ ਦੋਸਤੋ ਕਮੰਤਰੀ ਬਾਜ਼ਾਰ ਦੇ ਵਿੱਚ ਹਰ ਰੋਜ਼ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਰਾਫਟ ਦੇਖਣ ਨੂੰ ਮਿਲਦੀ ਹੈ ਅੱਜ ਵੀ ਬ੍ਰੈਟ ਕਰੂਡ ਤੇ ਡਬਲਯੂਟੀਆਈ ਕਰੂਡ ਲਾਲ ਨਿਸ਼ਾਨ ਤੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਘਰੇਲੂ ਬਾਜ਼ਾਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 18ਵੇਂ ਦਿਨ ਵੀ ਨਹੀਂ ਬਦਲੀਆਂ ਅਗਲੀ ਖਬਰ ਹੈ ਸਰਕਾਰ ਨੇ ਦਿੱਤਾ ਵੱਡਾ ਝਟਕਾ ਨਵੇਂ ਸਾਲ ਤੋਂ ਕੱਪੜਾ ਬੂਟ ਚੱਪਲ ਹੋ ਜਾਣਗੇ ਹੋਰ ਵੀ ਮਹਿੰਗੇ ਹੋਇਆ ਇਹ ਬਦਲਾਵ ਤਾਂ ਦੋਸਤੋ ਹੁਣ ਤੋਂ ਤੁਹਾਨੂੰ ਕੱਪੜੇ ਬੂਟ ਤੇ ਚੱਪਲਾਂ ਟੈਕਸਟਾਈਲ ਦੀਆਂ ਚੀਜ਼ਾਂ ਖਰੀਦਣ ਦੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਨੇ ਕੇਂਦਰ ਸਰਕਾਰ ਨੇ ਇਹਨਾਂ ਸਾਰੀਆਂ ਵਸਤੂਆਂ ਤੇ ਜੀਐਸਟੀ ਵਧਾ ਦਿੱਤੀ ਹੈ ਭਾਵ ਕਿ ਹੁਣ ਤੋਂ ਕੱਪੜੇ ਤੇ ਬੂਟ ਖਰੀਦਣੇ ਹੋਰ ਮਹਿੰਗੇ ਹੋ ਜਾਣਗੇ ਪਹਿਲਾਂ ਸਰਕਾਰ ਇਹਨਾਂ ਵਸਤੂਆਂ ਤੇ 5% ਦੀ ਦਰ ਨਾਲ GST ਲਗਾਉਂਦੀ ਸੀ ਪਰ ਹੁਣ ਇਸ ਨੂੰ ਵਧਾ ਕੇ ਸਰਕਾਰ ਨੇ 12% ਕਰ ਦਿੱਤਾ ਤੇ ਨਵੀਆਂ ਦਰਾਂ ਜਨਵਰੀ 2022 ਤੋਂ ਲਾਗੂ ਹੋ ਜਾਣਗੀਆਂ ਅਗਲੀ ਖਬਰ ਹੈ ਕਿਸਾਨ ਹੁਣ ਘੱਟ ਵਿਆਜ ਤੇ ਲੈ ਸਕਣਗੇ ਕਰਜ਼ਾ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਸਰਕਾਰ ਨੇ PM ਕਿਸਾਨ ਯੋਜਨਾ ਦੇ ਯੋਗ ਕਿਸਾਨਾਂ ਨੂੰ ਸਸਤੇ ਕਰਜ਼ੇ ਦੰਦਿਆ ਜੇ ਤੁਸੀਂ ਵੀ ਲਾਭਪਾਤਰੀਓ ਤਾਂ ਤੁਸੀਂ ਸਸਤੇ ਕਰਜ਼ਿਆਂ ਦਾ ਲਾਭ ਲੈ ਸਕਦੇ ਹੋ ਕਿਸਾਨ ਕ੍ਰੈਡਿਟ ਕਾਰਡ ਦੇ ਲਾਭਪਾਤਰੀ ਸਸਤੇ ਕਰਜ਼ੇ ਲੈ ਸਕਦੇ ਨੇ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਤੇ ਕਿਸਾਨਾਂ ਨੂੰ ਸਸਤਾ ਕਰਜ਼ਾ ਮਹੱਈਆ ਕਰਵਾਉਂਦੀ ਹੈ ਕਿਸਾਨ ਇਸ ਕਰਜ਼ੇ ਦੀ ਵਰਤੋਂ ਆਪਣੇ ਖੇਤੀ ਬਾੜੀ ਦੇ ਕੰਮਾਂ ਲਈ ਕਰ ਸਕਦੇ ਨੇ ਤੁਹਾਨੂੰ ਦੱਸਿਏ ਕਿ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ ਇਹ ਕਰਜ਼ਾ 9% ਦੇ ਵਿਆਜ ਤੇ ਸਬਸਿਡੀ ਦੇ ਨਾਲ ਮਹੀਆ ਕਰਵਾਇਆ ਜਾਂਦਾ ਹੈ ਤੁਹਾਨੂੰ ਦੱਸਿਏ ਕਿ ਸਰਕਾਰ ਇਸ ਤੇ ਉੱਪਰ ਤੁਹਾਨੂੰ 2% ਤੱਕ ਦੀ ਸਬਸਿਡੀ ਵੀ ਦਿੰਦੀ ਹੈ ਕਿਸਾਨਾਂ ਦਾ ਇਹ ਕਰਜ਼ਾ ਸਸਤੀ ਵਿਆਜ ਦਰ ਤੇ ਉਪਲਬਧ ਹੈ ਜੇ ਕਿਸਾਨ ਸਮੇਂ ਤੋਂ ਪਹਿਲਾਂ ਵਿਆਜ ਅਦਾ ਕਰਦਾ ਤਾਂ ਉਸ ਨੂੰ ਇਸ ਤੇ ਐਕਸਟਰਾ 3% ਦੀ ਹੋਰ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਗਲੀ ਖਬਰ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਔਰਤ ਬਣੀ ਕਮਲਾ ਹੈਰਸ ਉਹਨਾਂ ਦੇ ਇੱਕ ਸਾਰੇ ਤੇ ਤਬਾਹ ਹੋ ਸਕਦੀ ਹੈ ਪੂਰੀ ਦੁਨੀਆ ਆਹ ਦੋਸਤੋ ਅਮਰੀਕਾ ਰਾਸ਼ਟਰਪਤੀ ਜੋ ਵੈਡਨ ਦੀ ਕੋਲੋਨਸਕੋਪੀ ਦੌਰਾਨ ਅਮਰੀਕੀ ਸੱਤਾ ਦੀ ਵਾਗਡੋਰ ਉੱਪਰ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪ ਦਿੱਤੀ ਗਈ ਹੈ। ਅਨਸਥਿਤਿਆ ਪ੍ਰਭਾਵ ਕਾਰਨ ਬਿਡਨ ਅਮਰੀਕਾ ਦੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਦੀ ਸਥਿਤੀ ਵਿੱਚ ਨਹੀਂ ਹੋਣਗੇ ਹੀ ਕਾਰਨ ਹੈ ਕਿ ਕਮਲਾ ਹੈਰਿਸ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਅਮਰੀਕਾ ਦੇ 250 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੀ ਸੱਤਾ ਕਿਸੇ ਔਰਤ ਦੇ ਹਾਥਾਂ ਵਿੱਚ ਹੋਵੇਗੀ ਅਗਲੀ ਖਬਰ ਹੈ ਵੈਟਰਨਰੀ ਅਫਸਰਾਂ ਦੀਆਂ 353 ਨਿਕਲੀਆਂ ਅਸਾਮੀਆਂ ਜਾਣੋ ਯੋਗਤਾ ਤੇ ਫੀਸ ਤਾਂ ਦੋਸਤੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੈਟਰਨਰੀ ਅਫਸਰ ਗਰੁੱਪ A ਦੇ ਅਹੁਦੇ ਲਈ ਉਮੀਦਵਾਰਾਂ ਦੀ ਭਰਤੀ ਨਿਕਲੀ ਹੈ ਇਸ ਭਰਤੀ ਦੇ ਮੂਹਿਮ ਤਹਿਤ ਸੰਸਥਾ ਦੀਆਂ 353 ਸੀਟਾਂ ਭਰੀਆਂ ਜਾਣਗੀਆਂ ਜ ਜਨਾਂ ਵਿੱਚ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੈਰੀ ਵਿਕਾਸ ਵਰਗੀਆਂ ਸਾਮੀਆਂ ਸਾਹਮਣੇ ਦਿਲਚਸਪੀ ਰੱਖਣ ਵਾਲੇ ਜੋਗ ਉਮੀਦਵਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ wpsc.gov.in ਦੇ ਰਾਹੀਂ ਅਹੁਦੇ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਅਰਜੀ ਭਰਨ ਦੀ ਆਖਰੀ ਮਿਤੀ 10 ਦਸੰਬਰ 2021 ਹੈ ਤੇ ਸਿਸਟਮ ਵੱਲੋਂ ਤਿਆਰ ਕੀਤੇ ਗਏ ਬੈਂਕ ਚਲਾਨ ਫਾਰਮ ਰਾਹੀਂ ਬਿਨੈ ਪੱਤਰ ਪ੍ਰੀਖਿਆ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 20 ਦਸੰਬਰ 2021 ਰੱਖੀ ਗਈ ਹੈ ਇਸ ਅਹੁਦੇ ਦੇ ਲਈ 18 ਤੋਂ 37 ਸਾਲ ਦੀ ਉਮਰ ਦੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਅਗਲੀ ਖਬਰ ਹੈ ਸੀਵੀਐਸਸੀ ਨੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਪ੍ਰਸ਼ਨ ਪੱਤਰ ਦੇ ਲਈ ਆਈਡੀ ਤੇ ਪਾਸਵਰਡ ਹੋਵੇਗਾ ਜ਼ਰੂਰੀ ਤਾਂ ਦੋਸਤੋ ਸੀਵੀਐਸਸੀ ਨੇ 10ਵੀਂ ਅਤੇ 12ਵੀਂ ਟਰਮ 1 ਦੀ ਪ੍ਰੀਖਿਆ ਵਿੱਚ ਹਰੇਕ ਪ੍ਰਸ਼ਨ ਪੱਤਰ ਲਈ ਇੱਕ ਕੋਡ ਹੋਵੇਗਾ ਇਸ ਨੂੰ ਖੋਲਣ ਲਈ ਸਕੂਲ ਪ੍ਰਿੰਸੀਪਲ ਨੂੰ ਆਈਡੀ ਅਤੇ ਪਾਸਵਰਡ ਦਿੱਤਾ ਜਾਵੇਗਾ ਹਰੇਕ ਪ੍ਰਸ਼ਨ ਪੱਤਰ ਲਈ ਇੱਕ ਨਵਾਂ ਆਈਡੀ ਤੇ ਪਾਸਵਰਡ ਹੋਵੇਗਾ ਪ੍ਰਿੰਸੀਪਲਾਂ ਨੂੰ ਵਿਸੇ ਦੀ ਪ੍ਰੀਖਿਆ ਹੋਣ ਵਾਲੇ ਦਿਨ ਤੋਂ ਇੱਕ ਦਿਨ ਇੱਕ ਘੰਟਾ ਪਹਿਲਾਂ ਆਈਡੀ ਤੇ ਪਾਸਵਰਡ ਮਿਲ ਜਾਵੇਗਾ ਅਗਲੀ ਖਬਰ ਹੈ ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿੱਧਮਾ ਨਹਿਰ ਤੋਂ ਤੈਰਦੀ ਹੋਈ ਮਿਲੀ লাশ ਤਾਂ ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸਮਾਰਟ ਸਕੂਲ ਤੋਂ ਲਾਪਤਾ ਹੋਏ ਵਿਦਿਆਰਥੀ ਬਲਜੀਤ ਸਿੰਘ ਜਿਸ ਦੀ ਉਮਰ 18 ਸਾਲ ਦੀ ਲਾਸ਼ ਸਿੱਧਮਾ ਨਹਿਰ ਵਿੱਚ ਤੈਰਦੀ ਹੋਈ ਮਿਲਣ ਦਾ ਮਾਮਲਾ ਸਾਹਮਣੇ ਆਇਆ ਤੇ ਥਾਣਾ ਪੀਏ ਜੂ ਦੀ ਪੁਲਿਸ ਨੇ ਵਿਦਿਆਰਥੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੇਵਨ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਅਗਲੀ ਖਬਰ ਹੈ ਕਿਸਾਨਾਂ ਨੇ ਅਗਲੀ ਰਣਨੀਤੀ ਘੜਨ ਦੇ ਲਈ ਸਤਾਈ ਨੂੰ ਸੱਦੀ ਮੀਟਿੰਗ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਕੇਂਦਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਜਾਣ ਦੇ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਦੇ ਲਈ ਸਿੰਘੂ ਬਾਰਡਰ ਤੇ 27 ਨਵੰਬਰ ਨੂੰ ਇੱਕ ਹੋਰ ਮੀਟਿੰਗ ਸੱਦੀ ਹੈ। ਅਗਲੀ ਖਬਰ ਹੈ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਦਾ ਡਾਟਾ ਲੀਕ। ਤਾਂ ਦੋਸਤੋ ਸਾਈਬਰ ਸੁਰੱਖਿਆ ਕੰਪਨੀ ਸਾਈਬਰ ਐਕਸ 9 ਨੇ ਦਾਅਵਾ ਕੀਤਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਸਰਵਰ 'ਚ ਕਥਿਤ ਤੌਰ ਤੇ ਸਨ ਲਾ ਕੇ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਅਤੇ ਵਿੱਤੀ ਜਾਣਕਾਰੀ ਕਰੀਬ 7 ਮਹੀਨਿਆਂ ਤੱਕ ਲੀਕ ਹੁੰਦੀ ਰਹੀ ਹੈ। ਅਗਲੀ ਖਬਰ ਹੈ ਗੁਜਰਾਤ ਸਰਕਾਰ ਵੱਲੋਂ ਕਿਸਾਨਾਂ ਨੂੰ 스마트 ਫੋਨ ਦੇ ਲਈ ਵਿੱਤੀ ਮਦਦ ਤਾਂ ਦੋਸਤੋ ਗੁਜਰਾਤ ਸਰਕਾਰ ਨੇ ਸੂਬੇ ਵਿੱਚ ਕਿਸਾਨਾਂ ਨੂੰ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਜਿਸ ਦੇ ਤਹਿਤ 스마트 ਫੋਨ ਖਰੀਦਣ ਦੇ ਲਈ ਕਿਸਾਨਾਂ ਨੂੰ 15-1500 ਰੁਪਏ ਦੀ ਵਿੱਤੀ ਸਹਾਇਤਾ ਮਹੱਈਆ ਕਰਵਾਈ ਜਾਵੇਗੀ ਇਸ ਸਬੰਧੀ ਰਾਜ ਦੇ ਖੇਤੀਬਾੜੀ ਵਿਭਾਗ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਗਲੀ ਖਬਰ ਹੈ ਦੇਸ਼ ਦੇ ਵਿੱਚ ਕਰੋਨਾ ਦੇ 10488 ਨਵੇਂ ਮਾਮਲੇ ਤੇ 313 ਮੌਤਾਂ ਤਾਂ ਦੋਸਤੋ ਭਾਰਤ ਵਿੱਚ ਇੱਕ ਦਿਨ ਦੇ ਅੰਦਰ ਕੋਵਿਡ-19 ਦੇ 10488 ਨਵੇਂ ਕੇਸ ਆਉਣ ਦੇ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ 3 ਕਰੋੜ 45 ਲੱਖ 10413 ਤੱਕ ਪੁੱਜ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ 313 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਇਹ ਗਿਣਤੀ ਵੱਧ ਕੇ 465626 ਤੱਕ ਪੁੱਜ ਚੁੱਕੀ ਹੈ। ਅਗਲੀ ਖਬਰ ਹੈ ਮਿਸ਼ਨ ਪੰਜਾਬ ਦੀ ਸ਼ੁਰੂਆਤ ਲਈ ਕੇਜਰੀਵਾਲ ਅੱਜ ਪਹੁੰਚਣਗੇ ਬਠਿੰਡਾ। ਤਾਂ ਦੋਸਤੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ 22 ਨਵੰਬਰ ਨੂੰ ਮੋਗੇ ਤੋਂ ਮਿਸ਼ਨ ਪੰਜਾਬ ਦੀ ਸ਼ੁਰੂਆਤ ਕਰਨਗੇ ਜਿੱਥੇ ਉਹ ਕੋਈ ਵੱਡਾ ਐਲਾਨ ਕਰ ਸਕਦੇ ਨੇ। ਅਗਲੀ ਖਬਰ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਮੁੱਢ ਮੁੱਲ ਪੈਣ ਲੱਗਿਆ ਤਾਂ ਦੋਸਤੋ ਤੁਹਾਨੂੰ ਦੱਸ ਦੇ ਪੰਜਾਬ ਵਿੱਚ ਜ਼ਮੀਨਾਂ ਦਾ ਮੁੱਲ ਮੁੜ ਪੈਣ ਲੱਗਿਆ ਖੇਤ ਮੁੜ ਝੂਮੁੱਠੇ ਨੇ ਤੇ ਕੇਂਦਰੀ ਖੇਤੀ ਕਾਨੂੰਨ ਬਣਨ ਦੇ ਮਗਰੋਂ ਖੇਤੀ ਜ਼ਮੀਨਾਂ ਦੇ ਪਾਹੇਠਾਂ ਵੱਲ ਆਉਣ ਲੱਗੇ ਸੀ ਤੇ ਜ਼ਮੀਨਾਂ ਦੀ ਖਰੀਦੋ-ਫਰੋਖਤ ਰੁਕ ਗਈ ਸੀ ਇਤੋਂ ਤੱਕ ਕਿ ਜ਼ਮੀਨਾਂ ਦੇ ਠੇਕੇ ਵੀ ھیਠਾਂ ਆ ਗਏ ਸੀ ਠੇਕੇ ਤੇ ਲੈਣ ਵਾਲੇ ਜ਼ਮੀਨਾਂ ਦੇ ਗਾਕ ਵੀ ਕੱਟ ਗਈ ਸੀ ਤੇ ਹੁਣ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਫੈਸਲਾ ਹੋਇਆ ਤਾਂ ਖੇਤੀ ਜਮੀਨਾਂ ਦੀ ਪੁੱਛਗਿਸਪਰਤੀਤ ਵੱਧ ਗਈ ਹੈ ਅਗਲੀ ਖਬਰ ਹੈ ਟਰਾਂਸਪੋਰਟ ਵਿਭਾਗ ਨੇ ਗਿੱਦੜਵਾਹਾ ਮੁਕਤਸਰ ਦੇ 22 ਰੂਟਾਂ ਦੇ ਨਿੱਜੀ ਕੰਪਨੀ ਦੀਆਂ ਬੱਸਾਂ ਕੀਤੀਆਂ ਬੰਦ ਇੱਥੇ ਲਾਈਆਂ ਸਰਕਾਰੀ ਬੱਸਾਂ ਤਾਂ ਦੋਸਤੋ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਨਿਊ ਦੀਪ ਦੀਆਂ 22 ਬੱਸਾਂ ਦੇ ਸਕੰਜਾ ਕੱਸਿਆ ਇਸ ਦੌਰਾਨ ਟਰਾਂਸਪੋਰਟ ਵਿਭਾਗ ਨੇ ਗਿੱਦੜਵਾਹਾ ਤੋਂ ਮੁਕਤਸਰ ਜਾਣ ਵਾਲੀ ਇੱਕ ਵੀ ਬੱਸ ਨੂੰ ਨਹੀਂ ਬਕਸਿਆ ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ਤੇ ਇਸ ਕਾਰਵਾਈ ਤੋਂ ਬਾਅਦ ਇਨ੍ਹਾਂ ਖਾਲੀ ਰੂਟਾਂ ਤੇ ਅਧਿਕਾਰੀਆਂ ਵੱਲੋਂ ਪੀਆਰਟੀਸੀ ਦੀਆਂ ਬੱਸਾਂ ਚਲਾਈਆਂ ਗਈਆਂ ਨੇ ਅਗਲੀ ਖਬਰ ਹੈ ਅਕਾਲੀ ਦਲ ਦੀ ਥਾਂ ਕੈਪਟਨ ਨੂੰ ਚੁਣੇਗੀ ਬੀਜੇਪੀ ਭਾਜਪਾ ਪ੍ਰਧਾਨ ਨੇ ਦੱਸੀ ਵਿਚਲੀ ਗੱਲ ਤਾਂ ਦੋਸਤੋ ਕੇਂਦਰ ਸਰਕਾਰ ਨੇ ਤਿੰਨੇ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ਵਿੱਚ ਪੈਣ ਦੀ ਸਭਾਵਨਾ ਕਿਉਂਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸਰਮਾ ਨੇ ਪਾਰਟੀ ਦੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਹੱਥ ਮਿਲਾਉਣ ਦੀ ਸਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ ਤੇ ਦੋਸਤੋ ਇਹ ਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਨਾਲ ਜੁੜਨ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਘੰਟੀ ਨੂੰ ਵੀ ਪ੍ਰੈਸ ਕਰ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਪਿਆਰ ਕਰਨਾ ਯਾ ਚੁੜਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਣੇ ਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਣੇ ਚ ਹੈ ਪ੍ਰੇਮੀ ਪ੍ਰੇਮ ਕਾ ਚ ਅਣਬਣ ਵਿਦੇਸ਼ ਯਾਤਰਾ ਲਾਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਫਿਰ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 95012 84753